ਇਸ ਸਮਝ ਬੇਨਤੀ ਕਰਦੇ ਹਨ। ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ, ਦਾਸ ਆਪਣੇ ਕੋ ਨਾਮ ਦੇਵੋ, ਦ੍ਰਿਸ਼ਟ ਪ੍ਰਭ ਧਾਰੋ, ਕਿਰਪਾ ਕਰ ਤਾਰੋ, ਪੂਜਾ ਕਹਿ ਕੂਪ ਤੇ ਕਾਢ ਲੇਵੋ। ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ ਨੇ ਮਹਾਰਾਜ ਜੀ ਨੂੰ ਔਰ ਅਰਦਾਸ ਕਰਦੇ ਨੇ ਕਿ ਆਪਣੀ ਬਾਂਹ ਦੇ ਕੇ ਮੈਨੂੰ ਇਸ ਸੰਸਾਰ ਸਾਗਰ ਤੋਂ ਜਿੱਥੇ ਕਾਮ ਕ੍ਰੋਧ ਦੀਆਂ ਨਦੀਆਂ ਵਹਿ ਰਹੀਆਂ ਨੇ, ਮੈਨੂੰ ਆਪਣੀ ਬਾਂਹ ਦੇ ਕੇ ਬਾਹਰ ਕੱਢ ਲੈ। ਮੇਰੇ ਵੱਸ ਦਾ ਨਹੀਂ ਹੈ, ਮੈਂ ਆਪਣੇ ਆਪ ਜੇ ਚਾਹਵਾਂ ਤਾਂ ਮੈਂ ਬਾਹਰ ਨਹੀਂ ਆ ਸਕਦਾ। ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ, ਪੂਜਾ ਕਹਿ ਕੂਪ ਤੇ ਕਾਢ ਲੇ। ਪੂਜਾ ਕਹਿੰਦੇ ਨੇ ਬਾਂਹ ਨੂੰ, ਕੂਪ ਕਹਿੰਦੇ ਨੇ ਖੂਹ ਨੂੰ। ਇਹ ਜੋ ਸੰਸਾਰ ਸਾਗਰ ਖੂਹ ਬਣਿਆ ਹੈ ਜਿੱਥੇ ਨਦੀਆਂ ਵਹਿ ਰਹੀਆਂ ਨੇ, ਹੰਕਾਰ ਦੀਆਂ ਅੱਗ ਵਹਿ ਰਹੀਆਂ ਨੇ, ਮੈਨੂੰ ਆਪ ਦੇਖ ਕਰ। ਸਾਰੇ ਮਿਲ ਕੇ ਬੋਲੋ ਜੀ। ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ, ਕਾਮ ਸਿੰਘ